ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ। ਹੁਣੇ ਹੁਣੇ ਬਹੁਤ ਵੱਡੀ ਇੱਕ ਅਪਡੇਟ ਆਈ ਹੈ, ਕੀ ਹੈ ਉਹ ਅਪਡੇਟ ਡਿਸਕਸ ਕਰਾਂਗੇ ਅੱਜ ਦੀ ਇਸ ਵੀਡੀਓ 'ਚ। ਉਸ ਤੋਂ ਪਹਿਲਾਂ ਜੇਕਰ ਤੁਸੀਂ ਪਹਿਲੀ ਵਾਰ ਚੈਨਲ 'ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਅਤੇ ਦੋਸਤੋ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਸ ਅਪਡੇਟ ਬਾਰੇ ਉਹਨਾਂ ਨੂੰ ਵੀ ਪਤਾ ਲੱਗ ਸਕੇ। ਤਾਂ ਦੋਸਤੋ ਵੀਡੀਓ ਕਰਦੇ ਹਾਂ ਸ਼ੁਰੂ। ਦੋਸਤੋ ਜੋ ਨਵੀਂ ਅਪਡੇਟ ਆਈ ਹੈ ਉਸਨੂੰ ਸਮਝਣ ਲਈ ਮੈਂ ਇਹ ਨੋਟੀਫਿਕੇਸ਼ਨ ਹੈ ਜੋ ਓਪਨ ਕਰ ਲਿਆ ਜੋ ਪੰਜਾਬ ਬੋਰਡ ਦੀ ਓਫੀਸ਼ੀਅਲ ਵੈਬਸਾਈਟ 'ਤੇ ਆਇਆ ਹੋਇਆ ਸੀ। ਦੋਸਤੋ ਤੁਹਾਨੂੰ ਸਾਰਿਆਂ ਨੂੰ ਦੱਸ ਦੇਣਾ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ 8ਵੀਂ ਕਲਾਸ ਦੇ ਸਿਰਫ ਪ੍ਰੈਕਟੀਕਲ ਹੈ ਜੋ ਰਹਿੰਦੇ ਅਤੇ ਇਸ ਤੋਂ ਇਲਾਵਾ 5ਵੀਂ ਸ਼੍ਰੇਣੀ ਦੇ ਜਿਹੜੇ ਪੇਪਰ ਸਟਾਰਟ ਹੋਣੇ ਸੀਗੇ ਉਹ 1 ਅਪ੍ਰੈਲ ਤੋਂ ਸਟਾਰਟ ਹੋਣੇ ਤੇ ਅਤੇ ਨਾਲ ਹੀ 10ਵੀਂ 12ਵੀਂ ਦੇ ਜੋ ਐਗਜ਼ਾਮ ਹੋਣੇ ਸੀਗੇ ਉਹ 3 ਅਪ੍ਰੈਲ ਤੋਂ ਸਟਾਰਟ ਹੋਣੇ ਸੀਗੇ। ਅਤੇ ਦੋਸਤੋ ਇਹ ਅਪਡੇਟ ਹੈ ਜੋ ਉਹਨਾਂ ਦੋਸਤਾਂ ਵਾਸਤੇ ਆਈ ਹੈ ਜਿਵੇਂ ਕਿ ਹੁਣ ਹਿਮਾਚਲ ਬੋਰਡ ਅਤੇ ਨਾਲ ਹੀ ਜੰਮੂ ਕਸ਼ਮੀਰ ਬੋਰਡ ਅਤੇ ਬਿਹਾਰ ਬੋਰਡ ਅਤੇ ਯੂਪੀ ਬੋਰਡ, ਇਹਨਾਂ ਦੇ ਵਿੱਚ ਸਾਰਿਆਂ ਨੂੰ 1ਵੀਂ ਕਲਾਸ ਤੋਂ ਲੈ ਕੇ 9ਵੀਂ ਕਲਾਸ ਤੱਕ ਅਤੇ 11ਵੀਂ ਕਲਾਸ ਤੱਕ ਹੈ ਜੋ ਬਿਨਾਂ ਪੇਪਰਾਂ 'ਤੇ ਇਹਨਾਂ ਨੂੰ ਪਾਸ ਹੈ ਜੋ ਕਰ ਦਿੱਤਾ ਗਿਆ ਹੈ। ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਰੋਨਾ ਵਾਇਰਸ ਕਰਕੇ ਲੋਕਡਾਊਨ ਹੈ ਜੋ ਲੱਗਿਆ ਹੋਇਆ ਹੈ, ਇਸੀ ਕਰਕੇ ਸਟੇਟ ਵਾਈਜ਼ ਹੈ ਜੋ ਸਰਕਾਰਾਂ ਫੈਸਲਾ ਲੈ ਰਹੀਆਂ। ਸੋ ਦੋਸਤੋ ਆਪਣੇ ਪੰਜਾਬ ਬੋਰਡ ਦੇ ਵਿੱਚ ਵੀ ਇਹ ਜਲਦ ਤੋਂ ਜਲਦ ਅਪਡੇਟ ਹੈ ਜੋ ਆ ਸਕਦੀ ਹੈ। ਸੋ ਜਦੋਂ ਵੀ ਕੋਈ ਅਪਡੇਟ ਆਵੇਗੀ ਇਸ ਤਰ੍ਹਾਂ ਦੀ ਜੋ ਬਿਨਾਂ ਪੇਪਰਾਂ ਤੋਂ ਪਾਸ ਕੀਤਾ ਜਾ ਰਿਹਾ, ਸੋ ਤੁਹਾਨੂੰ ਸਾਰਿਆਂ ਨੂੰ ਅਪਡੇਟ ਹੈ ਜੋ ਵੀਡੀਓ ਬਣਾ ਕੇ ਨਾਲ ਦੀ ਨਾਲ ਹੈ ਜੋ ਨੋਟੀਫਾਈਡ ਕਰ ਦਿੱਤਾ ਜਾਵੇਗਾ। ਇਸ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਬੈਲ ਆਈਕਨ ਨੂੰ ਪ੍ਰੈਸ ਹੈ ਜੋ ਜ਼ਰੂਰ ਕਰ